ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਦੀ ਆਪਣੀ ਵਿਜਿਟ ਹੈਗੀ ਆ, ਪਹੁੰਚ ਹੈਗੀ ਆ ਪਿੰਡ ਪੰਗਾਲਾ, ਮਾਝੇ ਦਾ ਪਿੰਡ ਆ ਦੋਸਤੋ ਪੰਗਾਲਾ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ ਹੈਗਾ। ਨਾਲ ਲੱਗਦੇ ਪਿੰਡ ਦੋਸਤੋ ਤੂਤ ਬਿਲਕੁਲ ਲਾਗੇ ਹੈਗਾ, ਜੋਧ ਸਿੰਘ ਵਾਲਾ ਪਿੰਡ ਬਿਲਕੁਲ ਨਜ਼ਦੀਕ ਆ, ਠੀਕ ਆ। ਵਲਟੋਏ ਦੀ ਦੂਰੀ ਜਿਹੜੀ ਆ ਦੋਸਤੋ ਇਸ ਪਿੰਡ ਤੋਂ ਤਕਰੀਬਨ ਥੋੜ੍ਹੀ ਵਾਟ 'ਤੇ ਆ, ਮਾਛੀ ਕੇ ਰਤੋਂ ਕੇ, ਠੀਕ ਆ। ਇਹ ਪਿੰਡ ਜਿਹੜੇ ਦੋਸਤੋ ਨਾਲ ਨਾਲ ਲੱਗਦੇ ਹੈਗੇ ਆ। ਬਾਕੀ ਜੇਕਰ ਤੁਸੀਂ ਪੱਟੀ ਮੋੜ ਤੋਂ ਆਉਂਦੇ ਹੋ, ਹਰੀ ਕੇ ਪੱਤਣ ਤੋਂ ਆਉਂਦੇ ਹੋ, ਤਾਂ ਵੀ ਤੁਸੀਂ ਵੱਡੇ ਸਭਰਾ ਤੋਂ ਦੁੱਬਲੀ ਕੋਟ ਬੁੱਢਾ ਅੱਗੇ ਜਿਹੜਾ ਦੋਸਤੋ ਤੁਸੀਂ ਤੂਤ ਤੋਂ ਪੰਗਾਲਾ ਅੱਗੇ ਖੇਮਕਰਨ ਜਿਹੜਾ ਰੋਡ ਨਿਕਲ ਜਾਂਦਾ, ਨਵੇਂ ਪੁਲ ਤੋਂ ਤੁਸੀਂ ਜੇਕਰ ਫਿਰੋਜ਼ਪੁਰ ਵਾਲੇ ਪਾਸੇ ਆਉਂਦੇ ਹੋ, ਨਵੇਂ ਪੁਲ ਤੋਂ ਫਿਰੋਜ਼ਪੁਰ ਤੋਂ ਵੀ ਤੁਸੀਂ ਨਵਾਂ ਪੁਲ ਅਕ੍ਰੋਸ ਕਰਦੇ ਸਾਰ ਜਿਹੜਾ ਦੋਸਤੋ ਪੰਗਾਲੇ ਨੂੰ ਆ ਸਕਦੇ ਹੋ। ਪਸ਼ੂ ਵਪਾਰ ਦਾ ਕੰਮ ਆ ਵੀਰ ਦਾ, ਗੱਲਬਾਤ ਕਰਾਂਗੇ ਅੱਜ ਜਿਹੜੀ ਆ ਦੋਸਤੋ ਵੀਡੀਓ ਦੇ ਵਿੱਚ। ਇੱਕ ਬੈਡ ਦਿਖਾਵਾਂਗੇ ਜਿਹੜੀ ਸੇਲ ਦੇ ਲਈ ਅਵੇਲੇਬਲ ਹੈਗੀ ਆ, ਸੂਈ ਸਵਾਈ ਬੈਡ ਆ। ਆਪਦੀ ਘਰ ਵਿਜਿਟ ਕਰਕੇ ਤਸੱਲੀ ਕਰ ਲਿਓ, ਇੱਕ ਟਾਈਮ ਦੀ ਦੋ ਟਾਈਮ ਦੀ ਚਵਾਈ ਕਰ ਲਿਓ, ਉਸ ਤੋਂ ਬਾਅਦ ਤੁਸੀਂ ਬੇਸ਼ੱਕ ਜਿਹੜਾ ਸੌਦਾ ਕਰ ਲਿਓ, ਠੀਕ ਆ। ਅਤੇ ਆ ਜਾਓ ਕਰਦੇ ਹਾਂ ਗੱਲਬਾਤ ਵੀਰ ਦੇ ਨਾਲ, ਪੁੱਛਦੇ ਹਾਂ ਕੀ ਡਿਟੇਲ ਆ ਇਸ ਬੈਡ ਦੀ। ਸਭ ਤੋਂ ਪਹਿਲਾਂ ਵੀਰ ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ ਜੀ? ਵਧੀਆ ਠੀਕ ਠਾਕ ਜੀ। ਅੱਛਾ, ਇੱਕ ਵੀਰੇ ਆਪਣਾ ਨਾਮ ਜਦ ਦੱਸ ਦਈਏ ਭੈਣ ਭਰਾਵਾਂ ਜੀ। ਨਾਮ ਮੇਰਾ ਸੁਖਵਿੰਦਰ ਸਿੰਘ ਹੈ ਜੀ। ਸੁਖਵਿੰਦਰ ਸਿੰਘ ਜੀ, ਹਾਂਜੀ, ਪਿੰਡ ਪੰਗਾਲਾ, ਹਾਂਜੀ, ਜ਼ਿਲ੍ਹਾ ਤਰਨ ਤਾਰਨ, ਠੀਕ ਹੈ ਜੀ, ਤਹਿਸੀਲ ਪੱਟੀ। ਸੁਖਵਿੰਦਰ ਭਾਈ, ਫਿਰੋਜ਼ਪੁਰ ਕਿੰਨੇ ਕਿਲੋਮੀਟਰ ਹੈਗਾ? ਫਿਰੋਜ਼ਪੁਰ ਜੀ ਇੱਥੋਂ ਪੈ ਜੂਗਾ 35-40 ਕਿਲੋਮੀਟਰ। 35-40 ਆ, ਮਖੂ ਪੈ ਜੂਗਾ ਜੀ ਇੱਥੋਂ 20-22 ਕਿਲੋਮੀਟਰ। 20-22 ਕਿਲੋਮੀਟਰ ਪੱਟੀ ਵੀ 20-22 ਪੈ ਜੂ। ਹਾਂ, ਬਲਟੋਆ ਵੀ 10-12 ਬਲਟੋਆ ਪੈ ਜੂਗਾ। 10-12 ਕਿਲੋਮੀਟਰ ਬਲਟੋਆ ਪਿੰਡ ਹੈ ਜੀ। ਠੀਕ ਆ, ਹਾਂਜੀ, ਬਿਲਕੁਲ ਸੈਂਟਰ 'ਚ ਆ ਗਿਆ। ਸੈਂਟਰ 'ਚ ਆ ਗਿਆ, ਠੀਕ ਆ। ਖੇਮਕਰਨ ਦੀ ਦੂਰੀ ਵੀ ਅੱਗੇ ਰਹਿ ਜਾਂਦੀ ਕੋਈ 10-12 ਕਿਲੋ, 15 ਕਿਲੋਮੀਟਰ ਹੋ ਗਈ, 15 ਕਿਲੋਮੀਟਰ। ਅੱਛਾ ਸੁਖਵਿੰਦਰ ਭਾਈ, ਬੈਡ ਕਿੰਨਵਾਂ ਸੂਆ ਸੂਈ ਆ? ਦੂਜਾ ਸੂਆ ਜੀ। ਹਾਂਜੀ, ਮੂੰਹ ਪਿਓਰ ਸ਼ੇਰਦਾਨ ਦਾ, ਕਹਿਣ ਵਾਲੀ ਗੱਲ ਨਹੀਂ, ਕੋਈ ਵੀਰ ਭਾਵੇਂ ਫੜ ਕੇ ਦੇਖ ਲਿਓ। ਠੀਕ ਆ, ਹਾਂਜੀ, 12-19 ਲੀਟਰ ਦੁੱਧ ਤਿਆਰ ਹੈ ਵਕਤ। ਠੀਕ ਹੈ ਜੀ, ਅੱਜ 10-11 ਦਿਨਾਂ ਸੂਈ, ਮਗਰ ਸ਼ਾਹੀ ਆਪਦੀ ਅੱਛੀ ਹੈ ਜੀ, ਮੇਲਾ ਮਾਰ ਲਾ ਪਈ ਹੈ, ਕੋਈ ਵੀਰ ਆਪਦੀ ਮੇਲਾ ਮਾਰਦੀ ਚੈੱਕ ਕਰ ਸਕਦਾ। ਠੀਕ ਆ, ਹਾਂਜੀ, ਰਾਤ ਦਾ ਮੇਲਾ ਮਾਰ ਲੱਗਦੀ ਹੈ। ਮੈਲਿਓ ਜਿਹੜੀ ਦੋਸਤੋ ਤੁਰੀ ਆ, ਠੀਕ ਆ, ਬੈਡ ਕਾਰਡ ਤੁਰਿਆ ਹੀ ਹਾਲੇ, ਤੇ ਤੁਰਿਆ ਹੀ ਆ ਵੀਰ ਦਾ ਮੈਲਿਓ, ਤੁਰੀ ਆ ਬੈਡ ਤਕਰੀਬਨ ਦਿਨ ਕਿੰਨੇ ਤੋਂ 13-14 ਦਿਨ? ਨਹੀਂ, 10-11 ਦਿਨ ਹੋਏ, 10-11 ਦਿਨ। ਹਾਂਜੀ, ਮਗਰ ਜਿਹੜੀ ਬੱਚੀ ਆ ਦੋਸਤੋ ਫੀਮੇਲ ਆ, ਸ਼ਾਹੀਵਾਲ ਦੇ ਵਿੱਚ ਬੱਚੀ ਪਾ ਦਿੱਤੀ ਆ ਬੈਡ ਨੇ, ਆਪ HF ਦੀ ਜਿਹੜੀ ਬੱਚੀ ਆ, ਠੀਕ ਆ, ਤੇ ਮਗਰ ਜਿਹੜੀ ਬੱਚੀ ਆ ਦੋਸਤੋ ਸ਼ਾਹੀਵਾਲ ਦੇ ਵਿੱਚ ਪਾਈ ਆ, ਮੂੰਹੋਂ 6 ਦਾ ਦਾ ਛਿੱਗੀ ਆ, ਦੂਜਾ ਸੂਆ ਸੂਈ ਆ। ਪਹਿਲੇ ਸੂਏ ਦਾ ਵੀਰ ਜੀ 21-22 ਲੀਟਰ ਦਾ ਦੁੱਧ ਦਾ ਰਿਕਾਰਡ ਆ, ਅਗਲੇ ਨੇ ਆਪਾਂ 23-24 ਕਹਿ ਕੇ ਦਿੱਤੀ, ਆਪਾਂ 20-22 ਕਹਿ ਕੇ ਦੇਵਾਂਗੇ, 20-22 ਪਾਊਗੀ ਇਰਮਾਨ ਨਾਲ, 18-19 ਤੋਂ ਤਿਆਰ ਆ ਜੀ, ਪੰਗਾਲਾ 2 ਟਾਈਮ 3 ਟਾਈਮ 4 ਟਾਈਮ ਚੋ ਕੇ ਥੱਲੀ ਕਰ ਲਓ। ਠੀਕ ਹੈ, ਜਿਹੜਾ ਮਰਜ਼ੀ ਆ ਕੇ ਵੀਰ ਚੋਵੇ, ਹਾਂਜੀ, ਮਤਲਬ ਕਿ ਹੁਣ 18-19 ਲੀਟਰ ਦੀ ਚਵਾਈ ਕਰ ਸਕਦਾ ਕਰਿਆ ਕੇ, ਬਿਲਕੁਲ ਬਾਈਕ ਟੱਡ ਰਿਹਾ ਜੀ। ਫਿਕਸ ਜੀ ਆਰਡਰ ਦੀ ਆ ਦੋਸਤੋ, ਠੀਕ ਆ। ਥਾਣ ਥੂਣ ਜਿਹੜਾ ਤੁਸੀਂ ਵੇਖੋਗੇ ਸਾਈਜ਼ ਦੇ ਵਿੱਚ, ਮੁੱਠੀ ਵਾਲਾ ਥਾਣਾ ਬਿਲਕੁਲ, ਤੇ ਅਗਲੇ ਤੇ ਮਗਰਲੇ ਥਾਣਾ ਦਾ ਗੈਬ ਅੰਤਰ ਸੋਹਣਾ। ਇਹ ਨਹੀਂ ਗੱਲ ਹੈਗੀ ਵੀ ਮੈਂ ਤੁਹਾਨੂੰ ਦੋਸਤੋ ਇੱਥੇ ਜਿਹੜਾ ਇੱਕ ਧਰਵਾਸ ਜੀ ਜਿੱਦਾਂ ਦੇ ਦਾਂਗੇ ਵੀ ਮੁੱਠੀ ਦਾ ਥਾਣਾ, ਤਾਂ ਥਾਣੇ ਇੱਥੇ ਅੱਗੇ ਛੋਟਾ ਨਿਕਲੇ, ਥਾਣਾ ਜਿਹੜਾ ਤੁਹਾਡੀ ਉਮੀਦ ਨਾਲੋਂ ਜਿਹੜਾ ਥੋੜ੍ਹਾ ਜਿਹਾ ਵੱਧ ਨਿਕਲੂਗਾ, ਜੇ ਮੁੱਠੀ ਦਾ ਕਿਹਾ ਅੱਧਾ ਇੰਚ ਪੋਟਾ ਕਿਹੜਾ ਦੋਸਤੋ ਉਹ ਵੱਧ ਨਿਕਲੂਗਾ ਥਾਣਾ, ਸਹਿਜ ਇਹੋ ਜਿਹਾ ਲੱਗਾ ਹੈਗਾ। ਬਾਕੀ ਬਿਲਕੁਲ ਜਿਹੜਾ ਦੋਸਤੋ ਫਿਕਸ ਆਰਡਰ, ਬਹੁਤ ਭੋਲੀ ਹੈ ਜੀ, ਕੋਈ ਭੂਰ ਛੱਟਾ ਨਹੀਂ, ਮੈਂ ਬੱਚਾ ਦਾ ਗਿਆ ਬਿਨਾ ਬੰਗੇ ਤੋਂ। ਠੀਕ ਆ, ਤੇ ਚਵਾਈ ਮਤਲਬ ਦੱਸਤੀ ਭੋਲੀ ਆ, ਬਿਲਕੁਲ ਬਿਲਕੁਲ ਭੋਲੀ, ਕੋਈ ਭੂਰ ਨਹੀਂ, ਕੋਈ ਛੱਟਾ ਨਹੀਂ, ਠੀਕ ਆ। ਠੀਕ ਹੈ ਭਰਾ, ਤੇ ਦਿਖਾਈਏ ਮਾੜਾ ਤੋਰ ਕੇ ਵੀਰ। ਮਗਰ ਬੱਚਾ ਜਿਹੜਾ ਦੋਸਤੋ ਫੀਮੇਲ ਗਾਫ ਆ, ਜ਼ਰੂਰ ਇਹ ਧਿਆਨ ਦੇ ਵਿੱਚ ਰੱਖ ਲਿਓ, ਮਗਰ ਬੱਚੀ ਬਹੁਤ ਸੋਹਣੀ ਆ ਫੀਮੇਲ ਜਿਹੜੀ ਆ ਸ਼ਾਹੀਵਾਲ ਦੇ ਵਿੱਚ, ਆਹ ਫੇਸ ਕੁਆਲਿਟੀ ਆ, ਉੱਚੇ ਵੱਡੇ ਕੱਦ ਕੱਦ ਦੇ ਵਿੱਚ ਆ, ਮੂੰਹ 6 ਦੰਦ ਹੋਈ ਅਜੇ, ਤੇ
ਸੈਕਿੰਡ ਟਾਈਮਰ ਆ, ਸੈਕਿੰਡ ਲੈਕਟੇਸ਼ਨ ਦੇ ਵਿੱਚ ਜਿਹੜੀ ਦੋਸਤੋ ਸੂਈ ਆ, 11 ਕੁ ਦਿਨ ਜਿਹੜਾ ਸਮਾਂ ਹੋ ਗਿਆ ਸੂਈ ਨੂੰ, ਠੀਕ ਆ। ਤੇ ਕੱਦ ਕਾਠੀ ਜਿਹੜਾ ਪੂਰਾ ਹੈਗਾ, ਹਾਂਜੀ ਹਾਂਜੀ। ਇੱਕ ਵਾਰੀ ਫਿਰ ਮਾੜਾ ਜਿਹਾ ਤੋਰ ਦੋ ਵੀਰਾਂ ਨੂੰ, ਤੋਰ ਦੋ ਇੱਕ ਵਾਰੀ ਹੋਰ। ਆਹ ਦੇਖੋ ਜੀ, ਬਿਲਕੁਲ ਤਸੱਲੀ ਦੇ ਨਾਲ ਵੇਖ ਲਓ ਦੋਸਤੋ। ਉਸ ਤੋਂ ਬਾਅਦ ਤੁਸੀਂ ਆਪ ਵੀ ਇੱਕ ਟਾਈਮ ਦੀ, ਦੋ ਟਾਈਮ ਦੀ ਚੁਆਈ ਆ ਜ਼ਰੂਰ ਕਰ ਲਓ, ਉਸ ਤੋਂ ਬਾਅਦ ਤੁਸੀਂ ਬੇਸ਼ੱਕ ਸੌਦਾ ਕਰ ਲਿਓ। ਹਾਂਜੀ, ਬਸ ਠੀਕ ਹੈ ਜੀ। ਆਹ ਬੈਕ ਸਾਈਡ ਤੋਂ ਜੇਕਰ ਦੋਸਤੋ ਆਪਾਂ ਦਿਖਾ ਰਹੇ ਹਾਂ ਤੁਹਾਨੂੰ, ਆਹ ਸਾਈਜ਼ ਹੈਗਾ ਮਗਰਲੇ ਥਾਣਾ ਦਾ, ਵੀ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਵੀ, ਹੈ ਨਾ, ਮੁੱਠੀ ਵਾਲਾ ਥਾਣਾ ਤੁਹਾਨੂੰ ਕਿਹਾ। ਕੋਈ ਵੀ ਅਬੀਰ, ਕੋਈ ਵੀ ਭੈਣ ਬੜੇ ਤੁਸੀਂ ਈਜ਼ੀਲੀ ਚੁਬਾਈ ਕਰ ਸਕਦੇ ਹੋ ਜੇਕਰ ਪਸ਼ੂ ਦੇ ਥਣ ਚੰਗਾ ਲੱਗਾ ਹੈਗਾ। ਚੁਬਾਈ ਸੌਖੀ ਕਰਾ ਦਿੰਦਾ, ਕਿਸੇ ਤਰ੍ਹਾਂ ਦਾ ਕੋਈ ਜ਼ੋਰ ਨਹੀਂ ਲੱਗਦਾ ਬਾਹਾਂ 'ਤੇ, ਪੋਲੀ ਬਹੁਤ ਅਤੇ ਪੋਲੀ ਵੀ ਬਹੁਤ ਬੀ ਜਾਂਦਾ। ਅੱਛਾ ਸੁਖਵਿੰਦਰ ਵੀਰੇ, ਮੁੱਲ ਲੈ ਦੇ ਕੀ ਕਰਦੇ ਪਏ ਆ? ਮੁੱਲ ਜੀ ਜਿਹੜਾ 63,000 ਆ, ਬਾਕੀ ਮਾੜਾ ਮੋੜ ਮਾਨਤਾ ਨੂੰ ਜੀ। 63,000 ਦੇ ਵਿੱਚੋਂ ਜੀ? ਹਾਂਜੀ। ਕਿੰਨਾ ਕੁ ਛੋਟ ਛਾਪਾ ਵਾਹਵਾ ਹੋਜੂਗਾ ਵਿੱਚੋਂ, ਕਿ ਗੁੰਜਾਇਸ਼ ਹੀ ਥੋੜ੍ਹੀ ਬਾਤੀ ਕਰਦਾ ਜੀ, ਜਿੱਦਾਂ ਦਾ ਵੀ ਠੀਕ ਹੋ ਗਿਆ ਜੋ ਜ਼ਰੂਰ ਕਰਨਾ ਜੀ। ਹਾਂਜੀ, ਅਤੇ ਕੋਈ ਰੱਸੀ ਨਿਆਣਾ ਪਾਉਣ ਦੀ ਲੋੜ ਪੈਂਦੀ ਇਹਦੇ ਵਿੱਚ ਪਾ ਲਈਦਾ ਕਦੀ ਕਦੀ? ਇੱਦਾਂ ਥੱਲੇ ਬਹਿ ਜਾ ਵੱਛੀ ਛੱਡ ਕੇ ਜੀ, ਪਸਮ ਦੀ ਵੀ ਵੱਛੀ ਦੀ ਆ ਜੀ, ਵੱਛੀ ਛੱਡ ਕੇ, ਠੀਕ ਆ। ਹਾਂਜੀ, ਕਈ ਵੀਰਾਂ ਨੂੰ ਹੁੰਦਾ ਜੀ ਵੱਛੀ ਲਾਲ ਆ ਜਾਂ ਕਿੱਦਾਂ ਉੱਦਾਂ। ਹਾਂਜੀ, ਬਾਕੀ ਦੋਸਤੋ ਆਪਾਂ ਤੁਹਾਨੂੰ ਘੱਟੋ ਘੱਟ ਵੀ 8-8, 10-10 ਧਾਰਾਂ ਜਿਹੜੀਆਂ ਮਾਰ ਕੇ ਦਿਖਾ ਦਿੰਦੇ ਹਾਂ ਵੀ ਬੱਚਾ ਜਿਹੜਾ ਛੱਡ ਦਿੱਤਾ। ਇੱਕ ਜਿਹੜਾ ਟਾਈਮ ਜ਼ਰੂਰ ਕਨਫਰਮ ਕਰ ਲਓ, 2 ਵਜੇ ਦੁਪਹਿਰ ਦਾ ਟਾਈਮ ਆ, ਅੱਜ 14 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ, ਸਮਾਂ ਜ਼ਰੂਰ ਨੋਟ ਕਰ ਲਓ। ਸੁਖਵਿੰਦਰ ਵੀਰੇ, ਸੁਬਹਾ ਚੁਬਾਈ ਕਿੰਨੇ ਵਜੇ ਕੀਤੀ ਹੈ? 6:30 ਮੋਰਨਿੰਗ ਦੀ ਚੁਬਾਈ ਆ ਦੋਸਤੋ, ਅਤੇ ਹੁਣ ਹਜੇ 2 ਵੱਜਦੇ ਪਏ ਆ, ਠੀਕ ਆ। 6:30 ਬਣਾ ਤਣਾ, ਜਿਵੇਂ ਜਿਵੇਂ ਪਸ਼ੂ ਤਕਰੀਬਨ ਹੋ ਜੇ, ਘੰਟਿਆਂ 'ਚ ਬਹੁਤ ਫਰਕ ਪਿਆ, 4 ਘੰਟਿਆਂ ਦਾ ਜਿਹੜਾ ਘੱਟੋ ਘੱਟ ਵੀ 4-4.5 ਘੰਟਿਆਂ ਦਾ ਫਰਕ ਪਿਆ ਜੀ। ਪਰ ਫਿਰ ਵੀ ਆਪਾਂ ਤੁਹਾਨੂੰ ਜਿੰਨੀ ਵੀ ਹੋ ਸਕਦੀ ਹੈ ਤਸੱਲੀ ਕਰਵਾ ਦਿੰਦੇ ਹਾਂ। ਉਸ ਤੋਂ ਬਾਅਦ ਜਿਹੜਾ ਤੁਹਾਡਾ ਹੱਕ, ਤੁਹਾਡਾ ਫਰਜ਼ ਬਣਦਾ ਵੀ ਆਪਦੀ ਚੁਬਾਈ ਕਰਕੇ ਫਿਰ ਸੌਦਾ ਕਰ ਲਿਓ, ਠੀਕ ਆ। ਆਹ ਦੇਖੋ ਜੀ, ਠੀਕ ਆ, ਬੱਚਾ ਬਣਤਾ, ਬਾਕੀ ਆਪਾਂ ਤੁਹਾਨੂੰ ਕਰਵਾ ਦਿੰਦੇ ਹਾਂ ਚੈੱਕ। ਮਗਰਾਂ ਨੇ ਮਾਰਦੀ? ਹਾਂਜੀ, ਮਾਰ ਦਿਓ ਮਗਰਲਿਆਂ ਨੇ, ਮਾਰ ਦਿਓ ਜੀ। ਉਹਦੀ ਮੁੱਗ ਗਿਆ, ਕੋਈ ਕਿੱਦਾਂ ਦੀ ਗੱਲ ਨਹੀਂ। ਆ ਲਓ ਜੀ, ਠੀਕ ਹੈ ਜੀ, ਬਸ ਠੀਕ ਹੈ ਜੀ, ਠੀਕ ਹੈ। ਵਰਾ ਪੂਰਾ ਹੈਗਾ ਦੋਸਤੋ, ਠੀਕ ਹੈ। ਅਤੇ ਚੁਬਾਈ ਇੰਨੀ ਕੁ ਆਪਾਂ ਕਰਕੇ ਦਿਖਾਤੀ ਆ ਵੀ, ਇਹ ਆ ਵੀ ਕਿਸੇ ਮਨ ਦੇ ਵਿੱਚ ਵੀਰ ਦੇ ਕਿਸੇ ਨੇ ਔਨਲਾਈਨ ਜੇਕਰ ਸੌਦਾ ਕਰਨਾ ਦੋਸਤੋ ਤੁਸੀਂ, ਤਾਂ ਜਿਹੜਾ ਥਾਣਾ ਦੀ ਇੱਕ ਪਾਸ ਕਰਾਉਣੀ ਆਪਣਾ ਫਰਜ਼ ਬਣਦਾ, ਠੀਕ ਹੈ। ਜੋ ਦੁੱਧ ਦੱਸਦਾ ਉਹੀ ਨਿਕਲੂ, 18-19 ਕਿਲੋ ਦੱਸਦਾ ਤੇ ਉਹੀ ਨਿਕਲੂਗਾ, ਠੀਕ ਹੈ। ਰਾਤ ਦਾ ਮੇਲਾ ਮਾਰ ਲੱਗੀ ਆ, ਮੇਲਾ ਵੀ ਜਾ ਕੇ ਮਾਰੂ ਰਾਤ ਦਾ ਹੀ ਕੱਟ ਤੁਰਿਆ ਅਜੇ ਤੁਰਿਆ, ਜ਼ਿਆਦਾ ਨਹੀਂ ਆਪਾਂ ਆਉਂਦੇ, 21-22 ਕਿਲੋ ਤੋਂ ਜੈਡ ਪਾ ਦੂਗੀ ਆਰਾਮ ਨਾਲ, ਠੀਕ ਹੈ ਭਰਾ। ਹਾਂਜੀ।
ਬਿਲਕੁਲ ਵੱਡੇ ਵੱਡੇ ਕਦਗੜ ਦੇ ਵਿੱਚ ਆ ਦੋਸਤੋ, ਵੱਡੇ ਕਦਗੜ ਦੇ ਵਿੱਚ ਆ, ਐਚ ਐਫ ਦੀ ਵੈੜ ਆ, ਪੂਰਾ ਸਰੀਰਕ ਢਾਂਚਾ ਵੇਖ ਲਓ, ਬਣਤਰ ਵੇਖ ਲਓ, ਬਾਕੀ ਆਹ ਥੋੜ੍ਹਾ ਜਿਹਾ ਪਸਮਾਦ ਆ ਜਿਹੜਾ ਥਣ ਵੀ ਵੇਖ ਲਓ, ਠੀਕ ਆ, ਪੂਰਾ ਮੱਝਾਂ ਦਾ ਪਸਮਾਦ। ਬਿਲਕੁਲ ਸੁਖਵਿੰਦਰ ਵੀਰੇ, ਇੱਕ ਸੰਪਰਕ ਨੰਬਰ ਦੱਸ ਦੇ, 9877-02-47, ਠੀਕ ਹੈ ਜੀ, ਹਾਂਜੀ, ਇੱਥੇ ਵਟਸਐਪ ਚੱਲਦਾ ਜੀ, ਇੱਥੇ ਕਾਲ ਹੈ, ਠੀਕ ਆ। ਇਹ ਦੋਸਤੋ ਵੀਰ ਸੁਖਵਿੰਦਰ ਸਨ, ਪਿੰਡ ਪੰਗਾਲਾ ਹੈਗਾ, ਠੀਕ ਆ, ਅਤੇ ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ, ਇੱਕ ਵੈੜ ਵੀਰ ਦੇ ਕੋਲ ਪਕਾਊਗਾ, ਪੂਰੀ ਤਸੱਲੀ ਨਾਲ ਆਪਾਂ ਜਿਹੜੀ ਆ ਤੁਹਾਨੂੰ ਵਿੱਚ ਧਾਰਾ ਮਾਰ ਕੇ ਦਿਖਾਤੀ ਆ, ਪਸੰਦ ਆਊਗੀ ਚੀਜ਼, ਰੇਟ ਭਾਅ ਪੜਤਾ ਤੁਸੀਂ, ਬਾਕੀ ਫੋਨ 'ਤੇ ਕਰ ਲਿਓ, ਜੋ ਵੀ ਹੈਗਾ ਗੁੰਜਾਇਸ਼ ਮੌਕੇ ਦੀ ਬਣਦੀ ਖਾਂਦੀ ਆ। ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ, ਸਤਿ ਸ਼੍ਰੀ ਅਕਾਲ ਜੀ।